ਸਕੈਚ ਤੋਂ ਪੈਨਸਲ ਸਕੈਚ ਤੋਂ ਸ਼ੁਰੂ ਹੋਈ ਸੀ। ਉਹਦੇ ਨਾਲ ਹੀ ਜਿਹੜੀ ਹੈ ਪੋਰਟਰੇਟ ਵਗੈਰਾ ਬਣਾਉਂਦੇ ਸੀ, ਹੌਲੀ ਹੌਲੀ ਫਿਰ ਆਇਲ ਪੇਂਟਿੰਗ ਅਤੇ ਵਾਟਰ ਵਾਟਰ ਜਿੰਜਨ ਦੇ ਵੀ ਟ੍ਰੈਂਡ ਸਮਾਂ ਆਉਂਦਾ ਗਿਆ, ਉਸ ਹਿਸਾਬ ਨਾਲ ਚੇਂਜ ਹੁੰਦੇ ਗਏ। ਹੁਣ ਤਾਂ ਕੰਪੀਟੀਸ਼ਨ ਵੀ ਬਹੁਤ ਹੋ ਗਿਆ, ਅਕਰੈਲਿਕ ਹੈ, ਰੇਜ਼ਨ ਆਰਟ ਹੈ, ਉਹ ਕੁਛ ਬਹੁਤ ਕੁਛ ਆ ਗਿਆ। 1976 'ਚ ਬਣਾਈ ਸੀ ਪਹਿਲੀ ਤਸਵੀਰ ਜਿਹੜੀ ਹੈਗੀ ਹੈ, ਉਹ ਬਣਾਈ ਸੀਗੀ ਗੁਰੂ ਨਾਨਕ ਦੇਵ ਜੀ ਦੀ। 50 ਸਾਲ ਦਾ ਸਫ਼ਰ ਇਸ ਤਸਵੀਰਾਂ ਦੇ ਵਿੱਚ ਜਿਹੜਾ ਪੈਨਸਲ ਦੇ ਨਾਲ ਲੰਘਿਆ। ਹੁਣ ਜਦੋਂ ਤਸਵੀਰਾਂ ਨੇ ਪੋਰਟਰੇਟ ਬਣਾਉਣਾ ਸ਼ੁਰੂ ਕੀਤੇ ਸਕੈਚ ਨਾਲ, ਫਿਰ ਸਾਰਾ ਜਿਹੜਾ ਹੈਗਾ ਉਹ ਨਾਲ ਜਿਹੜੀ ਹੈ ਇੱਜ਼ਤ ਮਾਨ ਜਿਹੜਾ ਸੀ ਵੱਧ ਗਿਆ। ਅਮੈਰੀਕਾ ਵਾਸਤੇ ਬਣਾ ਕੇ ਦਿੱਤੀ ਹੈ, ਉਹ ਹੈ ਜੀ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ, ਜਿਸ ਨੂੰ 4 ਮਹੀਨੇ ਲੱਗੇ ਬਣਨ ਨੂੰ। ਗੁਰਦੁਆਰਾ ਬੁੱਕ ਨਿਵਾਰਨ ਸਾਹਿਬ ਜਦੋਂ ਦੀ ਲਾਇਬ੍ਰੇਰੀ ਤਿਆਰ ਹੋਈ ਸੀ ਤਾਂ ਉੱਥੇ ਕਿੰਨੀਆਂ ਕੁ ਤਸਵੀਰਾਂ ਤੁਸੀਂ ਜਿਹੜੇ ਬਣਾ ਕੇ ਛੱਡ ਦਿੱਤੀਆਂ? 63 ਤਸਵੀਰਾਂ ਲੱਗੀਆਂ ਹੋਈਆਂ ਨੇ। ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੁਹਾਨੂੰ ਉਸ ਸ਼ਖਸ ਦੇ ਨਾਲ ਗੱਲਬਾਤ ਕਰਾਵਾਂਗੇ ਜਿਨ੍ਹਾਂ ਦੀਆਂ ਤਸਵੀਰਾਂ ਦੇਸ਼ਾਂ ਨਹੀਂ ਸਗੋਂ ਵਿਦੇਸ਼ਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਲੈ ਕੇ ਜਾਂਦੇ ਨੇ। ਕਲਮ ਦੇ ਧਨੀ ਨੇ ਕਿਉਂਕਿ ਪੇਂਟਿੰਗ ਦੇ ਮਾਹਿਰ ਨੇ, ਹੱਥ ਨਾਲ ਤਿਆਰ ਕੀਤੀਆਂ ਤਸਵੀਰਾਂ ਅਜਿਹੀਆਂ ਮੂੰਹ ਬੋਲਦੀਆਂ ਤਸਵੀਰਾਂ ਹੁੰਦੀਆਂ ਨੇ ਕਿ ਲੋਕ ਜਿਹੜੀਆਂ ਤਸਵੀਰਾਂ ਨੂੰ ਇਸ ਤਰੀਕੇ ਦੇ ਨਾਲ ਦੇਖਦੇ ਨੇ ਕਿ ਉਹ ਤਸਵੀਰ ਵੀ ਕਈ ਵਾਰ ਜਿਹੜੀ ਆ ਉਹ ਬੋਲਣ ਲੱਗ ਜਾਂਦੀ ਹੈ। ਯਾਨੀ ਕਿ ਜੇਕਰ ਗੱਲ ਕੀਤੀ ਜਾਵੇ ਤਸਵੀਰਾਂ ਦੀ ਤਾਂ ਉਹਨਾਂ ਦੇ ਵਿੱਚੋਂ ਕੁਝ ਧਾਰਮਿਕ ਤਸਵੀਰਾਂ ਨੇ, ਕੁਝ ਰਾਜਨੀਤਿਕ ਨੇ ਅਤੇ ਕੁਝ ਅਦਰ ਜਿਹੜੀਆਂ ਤਸਵੀਰਾਂ ਨੇ ਉਹ ਉਹਨਾਂ ਵੱਲੋਂ ਯਾਨੀ ਕਿ ਪੇਂਟਿੰਗ ਦੇ ਜ਼ਰੀਏ ਜਿਹੜੀ ਆ ਤਿਆਰ ਕੀਤੀਆਂ ਹੁੰਦੀਆਂ ਨੇ। ਤਾਂ ਜੇਕਰ ਗੱਲ ਕੀਤੀ ਜਾਵੇ ਸਰਦਾਰ ਅਜੀਤ ਸਿੰਘ ਜੀ ਦੀ ਤਾਂ ਉਹਨਾਂ ਨੇ ਜਿਹੜਾ ਇਸ ਖੇਤਰ ਦੇ ਵਿੱਚ ਬੜਾ ਵੱਡਾ ਜਿਹੜਾ ਨਾਮ ਆ ਉਹ ਕਮਾਇਆ ਹੈ। ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਅਜੀਤ ਸਿੰਘ, ਅਜੀਤ ਆਰਟ ਸਭ ਰਾਈਟਰ ਹਾਂ, ਮੈਂ ਮਾਲਕ ਹਾਂ। ਲੇਕਿਨ ਗੱਲ ਇਹ ਹੈ ਕਿ ਮੈਂ ਇੱਕ ਪਹਿਲੇ ਆਰਟਿਸਟ ਹਾਂ, ਆਰਟਿਸਟੀ ਤੋਂ ਸ਼ੁਰੂ ਕੀਤੀ ਇੱਕ ਦੁਕਾਨ 50 ਸਾਲ ਤੋਂ ਜਿਹੜੀ ਹੈ ਸਭ ਸੇਵਾ ਕਰ ਰਿਹਾ ਮੈਂ। ਤਾਂ ਇੱਦਾਂ ਹੈ ਕਿ ਸ਼ੁਰੂਆਤ ਤਾਂ ਜੋ ਹੈ ਸਕੈਚ ਤੋਂ, ਪੈਨਸਲ ਸਕੈਚ ਤੋਂ ਸ਼ੁਰੂ ਹੋਈ ਸੀ। ਉਹਦੇ ਨਾਲ ਹੀ ਜਿਹੜੀ ਹੈ ਪੋਰਟਰੇਟ ਵਗੈਰਾ ਬਣਾਉਂਦੇ ਸੀ, ਹੌਲੀ ਹੌਲੀ ਫਿਰ ਆਇਲ ਪੇਂਟਿੰਗ ਅਤੇ ਵਾਟਰ ਵਾਟਰ ਜਿੰਜਨ ਦੇ ਵੀ ਟ੍ਰੈਂਡ ਸਮਾਂ ਆਉਂਦਾ ਗਿਆ, ਉਸ ਹਿਸਾਬ ਨਾਲ ਚੇਂਜ ਹੁੰਦੇ ਗਏ। ਅੱਜ ਉਹ ਸਮਾਂ ਆ ਗਿਆ, ਹੁਣ ਤਾਂ ਕੰਪੀਟੀਸ਼ਨ ਵੀ ਬਹੁਤ ਹੋ ਗਿਆ, ਅਕਰੈਲਿਕ ਹੈ, ਰੇਜ਼ਨ ਆਰਟ ਹੈ, ਉਹ ਕੁਛ ਬਹੁਤ ਕੁਛ ਆ ਗਿਆ। ਤਾਂ ਪਹਿਲੀ ਜਦੋਂ ਤੁਸੀਂ ਪੈਨਸਲ 'ਤੇ ਆਪਾਂ ਬਹੁਤ ਗੱਲਾਂ ਬਾਤਾਂ ਕਰ ਰਹੇ ਨੇ, ਸ਼ੁਰੂਆਤ ਦੱਸੋ ਜਦੋਂ ਤੁਸੀਂ ਸਟਾਰਟਿੰਗ ਪੈਨਸਿਲ ਦੇ ਨਾਲ ਤਸਵੀਰ ਬਣਾਈ ਸੀ, ਹਾਂਜੀ, ਉਹ ਸਮਾਂ ਕਿਹੜਾ ਸੀ, ਕਿਹੜੀ ਜਗ੍ਹਾ ਤੇ ਤਸਵੀਰ ਬਣਾਈ ਸੀ? ਦੇਖੋ ਤੇ ਤਸਵੀਰ ਕਿਹੜੀ ਸੀ ਉਹ? ਸਨ 76 ਦੀ ਗੱਲ ਹੈ, 1976 'ਚ ਬਣਾਈ ਸੀ ਪਹਿਲੀ ਤਸਵੀਰ ਜਿਹੜੀ ਹੈਗੀ ਹੈ, ਉਹ ਬਣਾਈ ਸੀਗੀ ਗੁਰੂ ਨਾਨਕ ਦੇਵ ਦੀ। ਉਹ ਗੁਰੂ ਨਾਨਕ ਦੇਵ ਦੀ ਬਣਾਉਣ ਤੋਂ ਬਾਅਦ ਜਿਹੜਾ ਜਸਰਾਕ ਤਰਲੋਕ ਸਿੰਘ ਕਲੇਰ ਸੀਗੇ, ਉਹਨਾਂ ਕੋਲੋਂ ਸਿੱਖਿਆ ਮੈਂ ਕੰਮ ਸਨੋਰ ਦੇ ਰਹਿਣ ਵਾਲੇ ਸੀਗੇ ਉਹ, ਅਤੇ ਉਹਨਾਂ ਨੇ ਪੋਰਟਰੇਟ ਬਣਾਉਣਾ ਮੈਨੂੰ ਸਿਖਾਇਆ। ਪੋਰਟਰੇਟ ਜਿਹੜਾ ਸਭ ਤੋਂ ਪਹਿਲਾਂ ਮੈਂ ਬਣਾ ਕੇ ਦਿੱਤਾ, ਉਹਨਾਂ ਦਾ ਆਪਣਾ ਹੀ ਬਣਾ ਕੀਤਾ ਸੀ ਮੈਂ, ਅਤੇ ਉਹ ਤੋਂ ਉਹਨਾਂ ਤੋਂ ਇੰਸਪਾਇਰ ਹੋ ਕੇ ਅੱਗੋਂ ਮੈਂ ਜਿਹੜਾ ਹੈਗਾ ਫਿਰ ਅੱਗੋਂ ਪੇਂਟਿੰਗ ਕਰਨੀ ਸ਼ੁਰੂ ਕੀਤੀ, ਜਿਸ ਤਰ੍ਹਾਂ ਉਹਨਾਂ ਨੇ ਕਿਹਾ। ਫਿਰ ਉਸ ਤੋਂ ਬਾਅਦ ਬਨਵਾਰੀ ਲਾਲ ਬਾਦਲ ਨੇ ਦਿੱਲੀ, ਉਹਨਾਂ ਕੋਲੋਂ ਸਿੱਖਿਆ ਕੰਮ ਕਰਕੇ ਫਿਰ ਆ ਕੇ ਜਿਹੜਾ ਹੈ ਪ੍ਰੋਫੈਸ਼ਨਲੀ ਤੌਰ 'ਤੇ ਜਿਹੜਾ ਹੈ ਸ਼ੁਰੂ ਕੀਤਾ ਸੀ ਕੰਮ। ਅਤੇ ਹੁਣ ਤੱਕ ਸਮੇਂ ਦੀ ਗੱਲ ਕੀਤੀ ਜਾਵੇ ਕਿੰਨਾ ਕੁ ਸਮਾਂ ਹੋ ਗਿਆ ਤੁਸੀਂ? 50 ਸਾਲ ਹੋ ਗਏ। 50 ਸਾਲ ਦਾ ਸਫ਼ਰ ਇਸ ਤਸਵੀਰਾਂ ਦੇ ਵਿੱਚ ਜਿਹੜਾ ਪੈਨਸਲ ਦੇ ਨਾਲ ਲੰਘਿਆ। ਪੈਨਸਲ ਅਤੇ ਪੇਂਟ ਵੀ, ਆਇਲ ਵੀ ਲੰਘਿਆ, ਆਇਲ ਦਾ ਟਾਈਮ ਬਹੁਤ ਆਇਆ, 20 ਸਾਲ ਆਇਲ ਦਾ ਟਾਈਮ ਰਿਹਾ। ਹੁਣ ਜੋ ਹੈ ਅਕਰੈਲਿਕ ਦਾ ਜ਼ਮਾਨਾ ਆ ਗਿਆ,
ਬੜਾ ਜਿਹੜਾ ਜਲਦੀ ਜਲਦੀ ਸੁੱਕਣ ਵਾਲਾ ਕੰਮ ਹੈ, ਨਾਲ ਦੀ ਨਾਲ ਕੰਮ ਕਰਨ, ਨਾਲ ਦੀ ਨਾਲ ਰਿਜ਼ਲਟ ਮਿਲ ਜਾਂਦੇ ਨੇ, ਉਹ ਆ ਗਿਆ ਹੁਣ ਅੱਛਾ ਹੈ। ਇਹ ਇਹਦੇ ਨਾਲ ਜਿਹੜਾ ਸਾਨੂੰ ਇੱਕ ਫਾਇਦਾ ਹੋ ਗਿਆ ਕਿ ਜਲਦੀ ਕੰਮ ਹੋ ਜਾਂਦਾ, ਰਿਜ਼ਲਟ ਜਿਹੜੇ ਜਲਦੀ ਅੱਛੇ ਮਿਲ ਜਾਂਦੇ, ਫਿਨਿਸ਼ਿੰਗ ਵੀ ਅੱਛੀ ਹੈ ਇਹਨਾਂ ਦੀ। ਅਤੇ ਜਦੋਂ ਤੁਸੀਂ ਪਹਿਲੀ ਤਸਵੀਰ ਬਣਾਈ ਸੀ ਤਾਂ ਉਹ ਦੌਰ ਦੀ ਗੱਲ ਕੀਤੀ ਜਾਵੇ ਤਾਂ ਹੁਣ, ਕਿਉਂਕਿ ਪਹਿਲਾਂ ਜਿਹੜਾ ਪੈਨਸਲ ਦੇ ਨਾਲ ਤਸਵੀਰ ਬਣਾਈ ਜਾਂਦੀ ਸੀ ਤਾਂ ਬੜਾ ਸਮਾਂ ਲੱਗਦਾ ਸੀ, ਉਸ ਤੋਂ ਬਾਅਦ ਤਸਵੀਰ ਨੂੰ ਕੋਈ ਦੇਖਣ ਆਵੇ ਨਾ ਦੇਖਣ ਆਵੇ, ਕੋਈ ਇੱਦਾਂ ਦਾ ਦੌਰ ਵੀ ਹੁੰਦਾ ਸੀ। ਬਹੁਤ ਚੀਜ਼ਾਂ ਆ ਗਈਆਂ, ਬਹੁਤ ਮਿਹਨਤ ਕਰਨੀ ਪਈ ਹੈ। ਪਹਿਲਾਂ ਤਾਂ ਜੋ ਫਾਈਲ ਬਣਾਈ ਸੀਗੀ ਉਹ ਲੈ ਕੇ ਹਰ ਇੱਕ ਬੰਦੇ ਨੂੰ ਦਿਖਾਉਣੀ ਪੈਂਦੀ ਸੀ, ਦੇਖੋ ਜੀ ਮੈਨੂੰ ਇਸ ਤਰ੍ਹਾਂ ਦਾ ਕੰਮ ਕਰਨ ਲੱਗ ਗਿਆ ਮੈਂ, ਜਿਹੜੀ ਹੈ ਉਹ ਪਬਲਿਕ ਜਿਹੜੀ ਹੈ ਨਾ ਇੱਦਾਂ ਹੈ ਕਿ ਜਦੋਂ ਤੁਸੀਂ ਉਹਨੂੰ ਕੁਛ ਕਰਕੇ ਦਿਖਾ ਦਿਓ ਫਿਰ ਉਹ ਮੰਨਣ ਲੱਗ ਪੈਂਦੀ ਹੈ। ਹੁਣ ਜਦੋਂ ਤਸਵੀਰਾਂ ਦੇ ਪੋਰਟਰੇਟ ਬਣਾਉਣੇ ਸ਼ੁਰੂ ਕੀਤੇ ਸਕੈਚ ਨਾਲ, ਫਿਰ ਸਾਰਾ ਜਿਹੜਾ ਹੈਗਾ ਉਹਦੇ ਨਾਲ ਜਿਹੜੀ ਹੈ ਇੱਜ਼ਤ ਮਾਨ ਜਿਹੜਾ ਸੀ ਵੱਧ ਗਿਆ ਜੀ। ਹੁਣ ਜੇ ਉਹ ਕਰੀਏ ਤਾਂ ਬਾਦਲ ਸਾਹਿਬ ਦੇ ਘਰ ਵੀ ਸਾਰੀਆਂ ਜਿੰਨੀਆਂ ਪੇਂਟਿੰਗਾਂ ਲੱਗੀਆਂ ਵੀ ਨੇ ਉਹ ਆਪਣੀਆਂ ਲੱਗੀਆਂ ਸਾਰੀਆਂ। ਕਿਹੜੇ ਕਿਹੜੇ ਸਾਲ ਦੇ ਵਿੱਚ ਤੁਸੀਂ ਬਾਦਲ ਸਾਹਿਬ ਦੀ ਜਿਹੜੀ ਤਸਵੀਰ ਹੈ? ਬਾਦਲ ਸਾਹਿਬ ਦੀ ਤਾਂ ਜਗ੍ਹਾ ਹੈ, ਮੈਂ 84-85 ਤੋਂ ਬਾਅਦ ਬਣਾਈਆਂ ਨੇ। ਅੱਛਾ, 86 ਤੋਂ ਬਾਅਦ ਬਣਾਈਆਂ। ਅਤੇ ਕੀ ਕਿਹੜੀਆਂ ਤਸਵੀਰਾਂ ਸੀ ਜਿਹੜੀਆਂ ਫੈਮਿਲੀ ਪਰਿਵਾਰਕ ਦੀ, ਬੀਬੀ ਹਰਿੰਦਰ ਕੌਰ ਜੀ ਦੀ, ਬਾਦਲ ਸਾਹਿਬ ਦੀ, ਛੋਟੇ ਬਾਦਲ ਸਾਹਿਬ ਦੀ, ਸਾਰੇ ਸਾਰਿਆਂ ਦੀ ਬਣਾਈ। ਅੱਛਾ, ਜਾਣੀ ਕਿ ਰਾਜਨੀਤੀ ਲੋਕਾਂ ਦੀ ਤਸਵੀਰਾਂ ਬਣਾਈਆਂ ਨੇ। ਹੁਣ ਕਰੰਟਲੀ ਅਸੀਂ ਜਿਹੜੇ ਹੈ ਆਪਣਾ ਰਾਜਸਥਾਨ ਦੇ MLA ਨੇ ਉਹਨਾਂ ਦੇ ਘਰ ਲਾਈਆਂ ਨੇ, ਰਣਦੀਪ ਬੁੱਢਾ ਹੈਗਾ ਉਹਨਾਂ ਦੇ ਘਰ ਲੱਗੀ ਵੀ ਹੈ। ਮਤਲਬ ਰਾਜਨੀਤੀ ਤਾਂ ਲਾਉਂਦੇ ਰਹਿੰਦੇ ਨੇ ਸਰ, ਉਹ ਹੈਗਾ ਉਹਨਾਂ ਦਾ ਆਪਣਾ ਹਿਸਾਬ ਹੈ, ਉਹ ਅੱਗੋਂ ਪੋਲੀਟੀਕਲ ਬੰਦੇ ਹੁਣ ਬੇਅੰਤ ਸਿੰਘ ਹੈ, ਸਰਦਾਰ ਬੇਅੰਤ ਸਿੰਘ ਹੈ, ਉਹਨਾਂ ਦੇ ਘਰ ਵੀ ਲੱਗੀ ਵੀ ਹੈ। ਇਹ ਉਹਨਾਂ ਦੀ ਰਾਜਨੀਤਿਕ ਉਦੋਂ ਜਿਹੜਾ ਸੀਗਾ ਆਪ ਹੀ ਜਾ ਕੇ ਦੇ ਕੇ ਆਉਣੀ ਪੈਂਦੀ ਸੀ ਤਸਵੀਰ। ਤੁਸੀਂ ਗੱਲ ਕੀਤੀ ਆ ਬੇਅੰਤ ਸਿੰਘ ਦੇ ਸਮੇਂ ਦੀ ਗੱਲ ਕੀਤੀ ਆਵੇ, ਉਹ ਜਦੋਂ ਦੌਰ ਸੀ ਤੁਸੀਂ ਕਿਹਾ ਤਸਵੀਰ ਬਣਾਈ ਹੈ ਕਿ ਤੁਸੀਂ ਉਹਨਾਂ ਦੇ ਘਰੇ ਬਣਾ ਕੇ ਆਏ ਸੀ ਜਾਂ ਫਿਰ? ਨਹੀਂ, ਇੱਥੋਂ ਬਣਾ ਕੇ ਜਾ ਕੇ ਦੇਖਿਆ। ਅੱਛਾ, ਤੇ ਤਸਵੀਰ ਕੀ ਸੀ ਫਿਰ ਉਸ ਤੋਂ ਬਾਅਦ? ਬੇਅੰਤ ਸਿੰਘ ਦਾ ਪੋਰਟਰੇਟ ਸੀਗਾ। ਅੱਛਾ, ਉਹਨਾਂ ਦੀ ਜਾਣੀ ਕਿ ਤਸਵੀਰ ਬਣਾਈ ਸੀ? ਦੇਖੋ ਇੱਕ ਕਿਹਾ ਜਾਂਦਾ ਇੱਕ ਮਿਨੇਚਰ ਆਰਟ, ਉਦੋਂ ਮੈਂ ਸਨ 67 'ਚ ਮੈਂ ਬਣਾਇਆ, ਜਪਜੀ ਸਾਹਿਬ ਦੀ ਹੱਥ ਨਾਲ ਲਿਖਤ ਕੀਤੀ, ਜਦ ਗੁਰੂ ਨਾਨਕ ਦੇਵ ਦੀ ਫੋਟੋ ਬਣਾਈ ਹੈ ਉਹ ਜਪਜੀ ਸਾਹਿਬ ਲਿਖਿਆ ਹੋਇਆ ਉੱਥੇ ਸਾਰਾ। ਅੱਛਾ ਜੀ, ਉਹ ਉਦੋਂ ਟਾਈਮ ਲੱਗਿਆ ਮੈਨੂੰ, 8 ਦਿਨ ਲਗਾਤਾਰ ਲਾ ਕੇ ਉਹ ਲਿਖੀ ਮੈਨੇ। ਅਤੇ ਉਹਦਾ ਹੁਣ ਰਿਜ਼ਲਟ ਜਿਹੜਾ ਵਾ, ਹੁਣ ਮੈਂ ਹੁਣ ਅਬਰੋਡ ਜਾ ਕੇ ਆਇਆ, ਅਬਰੋਡ ਜਾ ਕੇ ਮੈਂ ਜਪਜੀ ਸਾਹਿਬ 1 ਇੰਚ ਦਾ ਜਿਹੜਾ ਹੈਗਾ ਗੁਟਕਾ ਉਹ ਲਿਖਿਆ ਮੈਂ। ਅੱਛਾ, ਤੁਸੀਂ ਵਿਦੇਸ਼ਾਂ ਦੀ ਗੱਲ ਕੀਤੀ ਆ, ਵੀ ਮੈਂ ਨਾ ਪਹਿਲਾਂ ਬਹੁਤ ਸਟਾਰਟਿੰਗ ਦੇ ਵਿੱਚ ਜ਼ਿਕਰ ਕਰ ਰਿਹਾ ਸੀ, ਅਮਰੀਕਾ, ਇੰਗਲੈਂਡ ਤੇ ਕੈਨੇਡਾ ਤੋਂ ਜਾ ਰਹੀਆਂ ਨੇ। ਅੱਛਾ, ਹਾਂਜੀ, ਤੇ ਉੱਥੋਂ ਜਿਹੜੀਆਂ ਨੇ ਆਪਣਾ ਹਾਈ ਸਟਰੀਟ ਸਿੰਗਾਪੁਰ ਹੈ, ਸਿੰਗਾਪੁਰ ਵੀ ਲੱਗੀਆਂ ਹੋਈਆਂ ਨੇ, ਮੇਰੀਆਂ ਪਿੰਡ ਨੇ ਦਿੱਤੀਆਂ ਉਹਨਾਂ ਨੂੰ ਜਿਹੜੀਆਂ, ਪਰ ਗੁਰਦੁਆਰਾ ਸਾਹਿਬ ਨੂੰ ਜਿਹਨਾਂ ਨੂੰ ਸਾਰਿਆਂ ਨੂੰ ਦਿੱਤੀਆਂ ਨਾ, ਇਹ ਸਾਰੀਆਂ ਦੀਆਂ ਸਾਰੀਆਂ ਹੀ ਗਿਫਟ ਕੀਤੀਆਂ ਨੇ, ਇਹਨਾਂ ਤੋਂ ਕੋਈ ਪੈਸੇ ਨਹੀਂ ਲਏ। ਦੁਖਨਿਵਾਰਨ ਸਾਹਿਬ ਦੀ ਗੱਲ ਕਰੀਏ, ਚਾਹੇ ਮਲੇਰਕੋਟਲਾ ਸਾਹਿਬ ਗੁਰਦੁਆਰਾ ਸਾਹਿਬ ਹੈਗਾ ਉਹਨਾਂ ਦੀ ਗੱਲ ਕਰੀਏ, ਚਾਹੇ ਰਾਮਪੁਰਾ ਫੂਲ ਦੀ ਗੱਲ ਕਰੀਏ ਜਾਂ ਮੋਗੇ ਦੀ ਗੱਲ ਕਰੀਏ, ਇਹ ਸਾਰਿਆਂ ਜਿਹਨਾਂ ਨੂੰ ਬਣਾ ਕੇ ਦਿੱਤੀਆਂ ਸਾਰੀਆਂ ਗਿਫਟਾਂ ਕੀਤੀਆਂ ਨੇ। ਧਾਰਮਿਕ ਖੇਤਰ ਦੀ ਆਪਾਂ ਜੇ ਗੱਲ ਕਰੀਏ, ਕਿਹੜੇ ਕਿਹੜੇ ਗੁਰੂ ਸਾਹਿਬਾਨਾਂ ਜਿਹੜੇ ਤੁਸੀਂ ਪੋਰਟਲ ਹੈ ਉਹ ਤਿਆਰ ਕੀਤੇ ਨੇ, ਕੋਈ ਇੱਦਾਂ ਦੇ ਪੋਰਟਲ ਹੈਗੇ ਜਿਹੜੇ ਬਾਕੀ ਜਿਹੜੇ ਮਨ ਨੂੰ ਖਿੱਚਦੇ ਹੋਣ, ਵੀ ਲੋਕ ਜਿਹੜੇ ਨੇ ਵਾਰੀ ਵਾਰੀ ਮੰਗਦੇ ਹੋਣ ਵੀ ਆਹ ਜਿਹੜਾ ਤੁਸੀਂ ਤਸਵੀਰ ਬਣਾਈ ਬਹੁਤ ਵਧੀਆ ਤਸਵੀਰ ਹੈ ਜਿਹੜੀ ਆਹ ਦੇਵੋ ਜੀ ਬਣਾ ਕੇ? ਹੁਣ ਲਾਸਟ ਜਿਹੜੀ ਹੈ ਮੈਂ 2 ਸਾਲ ਪਹਿਲਾਂ ਅਮੈਰੀਕਾ ਵਾਸਤੇ ਬਣਾ ਕੇ ਦਿੱਤੀ ਹੈ, ਉਹ ਹੈ ਜੀ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ, ਜਿਸਨੂੰ 4 ਮਹੀਨੇ ਲੱਗੇ ਬਣਨ ਨੂੰ, ਅਤੇ ਉਹ ਤਸਵੀਰ ਜਿਹੜੀ ਹੈ ਬਹੁਤ ਪਸੰਦ ਕੀਤੀ ਜਾ ਰਹੀ ਹੈ, ਅਤੇ ਤਸਵੀਰ ਵਾਰ ਵਾਰ ਜਿਹੜੀ ਹੈ ਉਹੀ ਰਿਪੀਟ ਕਰਕੇ ਬਣਾ ਦਿੱਤੀ ਹੈ। ਇੱਕ ਉਹਦੀ ਹੈ, ਇੱਕ ਮਹਾਰਾਜਾ ਦਲੀਪ ਸਿੰਘ ਵੀ ਹੈ, ਦੋਨਾਂ ਦੀ ਜਿਹੜੀਆਂ ਇਹ ਪੇਂਟਿੰਗਾਂ ਬਾਹਰ ਜਿਹੜੀ ਬਾਹਰ ਬੜੀ ਲਾਈਕ ਕਰ ਰਹੇ ਨੇ। ਅਤੇ ਸਮਾਂ ਇੱਕ ਤਸਵੀਰ ਦੀ ਗੱਲ ਕਰੀਏ, ਕਿੰਨਾ ਕੁ ਸਮਾਂ ਲੱਗਦਾ ਜੇ ਕੋਸਟ ਦੀ ਗੱਲ ਕੀਤੀ ਜਾਵੇ? ਕੋਸਟ ਆ ਜਾਂਦੀ ਇੱਕ ਤਸਵੀਰ? ਦੇਖੋ ਕੋਸਟ ਨਹੀਂ ਹੈ ਇਹਦੇ 'ਚ, ਟਾਈਮ ਜ਼ਿਆਦਾ ਹੈ, ਕੋਸਟ ਦਾ ਇਹਦਾ ਨਵੇਰ ਨਹੀਂ ਕਰਦੀ ਹੈ, ਇਹਦਾ ਟਾਈਮ ਜ਼ਿਆਦਾ ਲੱਗਦਾ। ਜਿਸ ਤਰ੍ਹਾਂ ਮਹਾਰਾਜ ਜੀ ਦਾ ਦਰਬਾਰ ਆ, ਉਹਦੇ 4 ਮਹੀਨੇ ਲੱਗ ਗਏ,
ਜੀ ਮਹਾਰਾਜ ਦਲੀਪ ਸਿੰਘ ਦੀ ਬਣਾਈ ਸੀ ਉਹ ਡੇਢ ਮਹੀਨੇ 'ਚ ਬਣੀ ਹੈ। ਇਹ ਮਤਲਬ ਤਸਵੀਰ ਦੇ ਹਿਸਾਬ ਨਾਲ ਵੀ ਉਹਦੇ 'ਚ ਕੰਮ ਕਿੰਨਾ ਵਰਕ ਕਿੰਨਾ ਹੈਗਾ ਉਸ ਹਿਸਾਬ ਨਾਲ ਬਣਾ ਰਹੀ ਹੈ। ਬਿਲਕੁਲ, ਤੁਸੀਂ ਧਾਰਮਿਕ ਖੇਤਰ ਦੀ ਗੱਲ ਕੀਤੀ ਹੈ, ਜਿਹੜੇ ਧਾਰਮਿਕ ਸਥਾਨ ਨੇ ਜਿਸ ਤਰ੍ਹਾਂ ਪਟਿਆਲਾ ਨੌਵੀਂ ਪਾਤਸ਼ਾਹੀ ਦਾ ਸਥਾਨ ਹੈ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਜਦੋਂ ਦੀ ਲਾਇਬ੍ਰੇਰੀ ਤਿਆਰ ਹੋਈ ਸੀ ਤਾਂ ਉੱਥੇ ਕਿੰਨੀਆਂ ਕੁ ਤਸਵੀਰਾਂ ਤੁਸੀਂ ਜਿਹੜੇ ਬਣਾ ਕੇ ਤਸਵੀਰਾਂ ਲੱਗੀਆਂ ਹੋਈਆਂ ਨੇ ਅਤੇ ਕਿਹੜੇ ਕਿਹੜੇ ਦੀਆਂ, ਕੋਈ ਗੁਰੂ ਸਾਹਿਬਾਨ ਸਾਰੇ ਹੀ ਦਸਾਂ ਗੁਰੂਆਂ ਦੀ ਵੀ ਲੱਗੀਆਂ ਨੇ, ਭਗਤਾਂ ਦੀਆਂ ਵੀ ਲੱਗੀਆਂ ਹੋਈਆਂ ਨੇ ਅਤੇ ਜਿਹੜੇ 12 ਮਿਸਲਾਂ ਦੇ ਸਰਦਾਰ ਉਹਨਾਂ ਦੀ ਵੀ ਲੱਗੀਆਂ ਹੋਈਆਂ ਨੇ, ਸਾਰਿਆਂ ਦੀ ਲੱਗੀਆਂ ਹੋਈਆਂ। ਓਕੇ, ਹਾਂਜੀ ਹਾਂਜੀ, ਸ਼ਹੀਦਾਂ ਦੀ ਤੁਸੀਂ ਆਪ ਤਿਆਰ ਕੀਤੇ ਹੋ ਤੁਹਾਡੇ ਨਾਲ ਵਰਕਰ ਸਾਹਿਬਾਨ? ਦੇਖੋ ਨਹੀਂ ਇਸ ਤਰ੍ਹਾਂ ਹੈਗਾ ਵੀ ਦੇਖੋ ਹੈ ਤਾਂ ਕੋ ਵਰਕਰ ਨਾਲ ਹੁੰਦੇ ਹੀ ਰਹੇ, ਜੋ ਕੋਈ ਕੁਛ ਕੰਮ ਕਰਾਉਣ ਵਾਲਾ, ਕੁਛ ਫਰੇਮ ਲਾਉਣ ਵਾਲਾ, ਕੋਈ ਕੁਛ ਕੈਨਵਸ ਕੱਸਣ ਵਾਲਾ, ਸਾਰੇ ਨਾਲ ਰਲਦੇ ਆ, ਤਾਂ ਹੀ ਹੁੰਦਾ, ਇਕੱਲੇ ਦਾ ਕੰਮ ਹੈ ਹੀ ਨਹੀਂ ਹੈ। ਜਿਹੜਾ ਜੇ ਪ੍ਰੋਜੈਕਟ ਕੋਈ ਹੋਵੇ ਉਹ ਤਾਂ ਨਾਲ ਬੰਦਾ ਰਲਾਉਣਾ ਹੀ ਪੈਂਦਾ, ਨਾਲ ਹੁੰਦਾ ਹੀ ਹੈ, ਲੇਕਿਨ ਗੱਲ ਇੱਕ ਜਿਹੜੀ ਮੇਨ ਕੰਮ ਹੈ ਉਹ ਸਾਰਾ ਉਹ ਆਪ ਕਰਨਾ ਪੈਂਦਾ। ਜਿਹੜਾ ਤੁਸੀਂ ਫੇਸ ਦੀ ਗੱਲ ਕਰਦੇ ਹੋ, ਫੇਸ ਆਪ ਤਿਆਰ ਕਰਦੇ ਹੋ, ਹਾਂਜੀ ਹਾਂਜੀ, ਜਿਹੜਾ ਅੰਦਰਲਾ ਮਾਡਲ ਹੁੰਦਾ ਉਹ ਸਾਰਾ ਜੀ 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 ਤਿਆਰ ਕਰਦੇ ਨੇ। ਹਾਂ ਹਾਂਜੀ, ਇਹਨਾਂ ਅੱਛਾ ਤੁਸੀਂ ਜਿਵੇਂ ਗੱਲ ਕੀਤੀ ਹੈ ਪਟਿਆਲਾ ਗੁਰਦੁਆਰਾ ਨੌਵੀਂ ਪਾਤਸ਼ਾਹੀ ਦਾ ਸਥਾਨ ਹੈ ਜਾਂ ਹੋਰ ਜਿਹੜੇ ਪੰਜਾਬ ਦੇ ਵਿੱਚ ਧਾਰਮਿਕ ਸਥਾਨ ਨੇ, ਉਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਜਗ੍ਹਾ 'ਤੇ ਤੁਸੀਂ ਜਿਹੜਾ ਇਹ ਧਾਰਮਿਕ ਤਸਵੀਰਾਂ ਜਿਹੜੀਆਂ ਸ਼ੋਭਿਤ ਕੀਤੀਆਂ, ਜਿਵੇਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਜਾਇਬ ਘਰ ਹੁੰਦੇ ਨੇ? ਹਾਂਜੀ ਹਾਂਜੀ, ਉਹਨਾਂ ਦੇ ਲਾਏ ਤਾਂ ਹੁਣ ਦੇਖੋ ਹਜ਼ੂਰ ਕਰਾਂ, ਪਿਛਲੇ ਸਾਲ ਹਜ਼ੂਰ ਸਾਹਿਬ ਭੇਜੇ ਨੇ, ਹਜ਼ੂਰ ਸਾਹਿਬ ਮਹਾਰਾਜ ਦਸਵੇਂ ਪਾਤਸ਼ਾਹ ਦੀ ਭੇਜੀ ਹੈ, ਮਾਤਾ ਸਾਹਿਬ ਕੋਲ ਦੀ ਭੇਜੀ ਹੈ, ਉਹਨਾਂ ਦੀ ਪਿੰਡ ਉੱਥੇ ਅੰਦਰ ਲੱਗੀ ਹੋਈ ਹੈ। ਅੱਛਾ ਜੀ, ਹਾਂਜੀ, ਅਤੇ ਉਸ ਤੋਂ ਇਲਾਵਾ ਹੋਰ ਕਿਤੇ ਕੋਈ ਹੋਰ? ਜਿਹੜਾ ਪਹਿਲੀ ਪਾਤਸ਼ਾਹੀ ਦੇ ਤਾਂ ਛੇਵੀਂ ਪਾਤਸ਼ਾਹੀ ਦਾ ਗੁਰਦੁਆਰਾ ਜਿਹੜਾ ਮਲੇਰ ਕੋਲ ਹੈ, ਉਹਨਾਂ ਉੱਥੇ ਲਗਾਈਆਂ ਨੇ, ਉੱਥੇ ਵੀ ਲੱਗੀਆਂ ਨੇ ਤਸਵੀਰਾਂ ਲੱਗੀਆਂ ਹੋਈਆਂ ਨੇ। ਠੀਕ ਹੈ, ਗੁਰਦੁਆਰਾ ਪੱਥਰ ਸਾਹਿਬ ਹੈ, ਉੱਥੇ ਆਪਣਾ ਲੇਹ ਲਦਾਖ, ਉੱਥੇ ਵੀ ਜਿਹੜੀਆਂ ਦਸਾਂ ਗੁਰੂਆਂ ਦੀਆਂ ਲੱਗੀਆਂ ਹੋਈਆਂ ਨੇ। ਅਤੇ ਫਿਰ ਸੰਪਰਕ ਕਿਵੇਂ ਕਰਦੇ ਲੋਕ ਤੁਸੀਂ ਤੁਹਾਡੇ ਕੋਲ? ਇਹ ਆਪਣੇ ਆਪ ਹੀ ਹੁਣ ਸੰਪਰਕ ਵਾਲੀ ਕੋਈ ਐਡੀ ਵੱਡੀ ਗੱਲ ਨਹੀਂ ਹੈ, ਇੰਨਾ ਸਮਾਂ ਹੋ ਗਿਆ, ਸਮਾਂ ਹੋਣ ਕਰਕੇ ਜਿਹੜਾ ਹੈ ਹੁਣ ਆਪਣੇ ਆਪ ਹੀ ਮਤਲਬ ਜੋ ਹੈ ਆਪਾਂ ਪਤਾ ਆਪਣਾ ਚਾਹੇ ਨੈੱਟ ਤੋਂ ਪਤਾ ਕਰਨ, ਚਾਹੇ ਆਪ ਮਾਊਥ ਟੂ ਮਾਊਥ ਪ੍ਰੋਬਲੀ ਪਤਾ ਲੱਗ ਜਾਂਦਾ, ਜਿਹਨਾਂ ਨੇ ਕਰਾਇਆ ਅੱਛਾ ਕੰਮ ਕਰਾਇਆ ਹੋਵੇ ਉਹ ਫਿਰ ਆ ਜਾਂਦੇ ਨੇ ਆਪਣੇ ਆਪ ਹੀ। ਤਾਂ ਪਹਿਲਾਂ ਦੀ ਗੱਲ ਕੀਤੀ ਆ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਪਹਿਲਾਂ ਜਦੋਂ ਤਸਵੀਰ ਬਣਾਉਂਦੇ ਸੀ ਤਾਂ ਸਮਾਂ ਹੋਰ ਸੀ, ਕੋਈ ਨੈੱਟ ਇੰਟਰਨੈਟ ਦਾ ਕੋਈ ਜ਼ਮਾਨਾ ਨਹੀਂ ਸੀ, ਕੋਈ ਜ਼ਮਾਨਾ ਸੀ, ਜਿਹੜਾ ਸਵਾਲ ਨਾਲ ਹੈ ਹੁਣ ਤਾਂ ਇੰਟਰਨੈਟ ਦਾ ਜ਼ਮਾਨਾ ਵੀ ਬੜਾ ਹੋ ਗਿਆ, ਲੋਕ ਅਵੇਅਰ ਵੀ ਬੜੇ ਹੋ ਗਏ, ਹੁਣ ਤਾਂ ਫੋਨ ਚੱਕਦੇ ਨੇ, ਨੈੱਟ ਖੋਲਦੇ ਨੇ ਵੀ ਆਹ ਆਰਟਿਸਟ ਕਿੱਥੇ ਹੈ, ਨਾਲ ਦੇ ਸਰਚ ਕੀਤਾ ਜਾਂਦਾ। ਜੀ ਹਾਂ ਜੀ ਹਾਂ, ਤਾਂ ਵੀ ਕਿੰਨਾ ਕੁ ਜਿਹੜਾ ਹੁਣ ਤੁਹਾਨੂੰ ਸੁਖੱਲਾ ਹੋ ਗਿਆ ਵੀ ਹਾਂ ਵੀ ਲੋਕਾਂ ਨੂੰ ਮਿਲਣਾ, ਜਾਂ ਫਿਰ ਉਹ ਦੌਰ ਦੀ ਗੱਲ ਕੀਤੀ ਜਾਵੇ, ਉਹ ਦੌਰ ਵਧੀਆ ਸੀ ਜਾਂ ਅੱਜ ਦਾ ਦੌਰ ਜਾਂ ਪੈ ਰਿਹਾ ਇਸ ਚੀਜ਼ ਦਾ? ਦੇਖੋ ਚਾਹੇ ਦੌਰ ਪਹਿਲਾਂ ਵਧੀਆ ਸੀ, ਲੇਕਿਨ ਗੱਲ ਇੱਕ ਹੋਰ, ਉਸ ਵੇਲੇ ਸੋਰਸ ਵੀ ਨਹੀਂ ਸੀਗੇ, ਹੁਣ ਸੋਰਸ ਬਹੁਤ ਨੇ। ਜਦੋਂ ਨਾ ਮਤਲਬ ਜਿਹੜਾ ਹੈ ਉਹ ਆਪਾਂ ਇਹ ਗੱਲ ਕਰੀਏ ਕਿ ਹੁਣ ਜੋ ਹੈ ਨਾ ਬਹੁਤ ਜਲਦੀ ਪਾਪੂਲਰਿਟੀ ਵੀ ਮਿਲ ਜਾਂਦੀ ਹੈ, ਅੱਛਾ ਕੰਮ ਕਰੋ ਤਾਂ ਇੱਜ਼ਤ ਵੀ ਬਹੁਤ ਹੁੰਦੀ ਹੈ, ਫਿਰ ਪਹਿਲੇ ਨਾਲੋਂ ਜੋ ਪੋਜੀਸ਼ਨ ਆ ਜਾਏ ਅੱਜ ਦੀ ਡੇਟ ਨਾ ਕਸਟਮਰ ਦੀ ਬਾਇੰਗ ਕਪੈਸਿਟੀ ਕਹਿ ਲਓ ਜਾਂ ਆਪਣਾ IQ ਕਹਿ ਲਓ ਬੜਾ ਸਟਰੋਂਗ ਹੋ ਗਿਆ, ਉਹ ਪਹਿਲੇ ਹੀ ਸਾਰੀ ਕੁਛ ਤੈਅ ਕਰਕੇ ਜਾਂਦੇ ਨੇ ਕਿ ਜਿਹੜਾ ਹੈ ਵੀ ਆਪਣਾ ਤੁਸੀਂ ਮੈਂ ਇੱਦਾਂ ਦੀ ਪੇਂਟਿੰਗ ਬਣਾਉਣਾ ਚਾਹੁੰਦਾ, ਥੀਮ ਦੱਸਦੇ ਨੇ ਜੋ ਆਪਾਂ ਅਸੀਂ ਆਰਡਰ 'ਤੇ ਬਣਾਉਂਦੇ ਜੋ ਕੁਛ ਕਰਦੇ ਹਾਂ ਉਹਨਾਂ ਨੂੰ ਪਹਿਲੇ ਗੱਲ ਸਮਝ ਕੇ ਫਿਰ ਬਣਾ ਦਿੱਤੀ ਤਸਵੀਰ। ਓਕੇ, ਜਿਹੜੀ ਸਾਡੀ ਤੁਹਾਡੀ ਲਾਇਬ੍ਰੇਰੀ ਦੇ ਵਿੱਚ ਫੋਟੋ ਲੱਗੀਆਂ ਸਾਰੀਆਂ ਤੁਸੀਂ ਤਿਆਰ ਕੀਤੀਆਂ ਨੇ? ਸਾਰਿਆਂ 'ਚ ਕੁਛ ਤਿਆਰ ਕੀਤੀਆਂ ਹੋਈਆਂ ਨੇ, ਕੁਛ ਜਿਹੜੀਆਂ ਅਸੀਂ ਪੇਂਟਿੰਗਾਂ ਵੇਚ ਬੈਠੇ ਹਾਂ। ਅੱਛਾ, ਰਾਈਟ ਸਾਡੇ ਕੋਲ ਨੇ, ਉਹਨਾਂ ਦਾ ਅਸੀਂ ਪ੍ਰਿੰਟ ਬਣਾ ਕੇ ਵੀ ਦਿੰਦੇ ਹਾਂ, ਮਤਲਬ ਜੋ ਉਹਦੇ ਵਾਸਤੇ ਹੈ ਕਿ ਜਿਹੜਾ ਬਹੁਤਾ ਪੈਸਾ ਨਹੀਂ ਖਰਚਣਾ ਚਾਹੁੰਦਾ ਉਹਦੇ ਵਾਸਤੇ ਉਹਨਾਂ ਨੂੰ ਜਿਹੜਾ ਹੈ ਉਹ ਵੀ ਬਣਾ ਦਿੰਦੇ।
ਇੱਕ ਤਸਵੀਰ ਦੀ ਕਿੰਨੀ ਕੁ ਕੋਸਟ ਆਉਂਦੀ? ਜੇਕਰ ਹੁਣ ਸਮਝੋ ਮੈਂ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਬਣਾਉਣੀ ਆ, ਜੇ ਮੈਂ ਕਹਾਂ ਮੇਰੇ ਪੂਰੇ ਕਮਰੇ ਦੀ ਤਸਵੀਰ ਹੋਵੇ ਤਾਂ ਉਹਦੀ ਕਿੰਨੀ ਕੁ ਕੋਸਟ ਆਉਂਦੀ ਹੈ? ਦੇਖੋ ਇੰਝ ਹੈਗਾ ਵੀ ਅੱਜ ਹਲੇ ਮੈਂ ਉਸ ਦੌਰ 'ਤੇ ਨਹੀਂ ਪਹੁੰਚ ਪਾਇਆ ਹਲੇ, ਲੇਕਿਨ ਹੁਣ ਜਿਹੜੀ ਹੈ ਅਸੈਸ ਕਰਨ ਵਾਲੀ ਹੈ, ਜਿਹੜੀ ਹੈ ਰੇਟ ਜਿਹੜਾ ਹੈ ਉਹ ਅਮੈਰੀਕਾ ਦੀ ਕੰਪਨੀ ਇੱਕ ਤੈਅ ਕਰਦੀ ਹੈ ਕਿ ਇਹਦਾ ਰੇਟ ਜਿਹੜਾ ਕੀ ਨਿਕਲੇਗਾ, ਉਹਦੀ ਕੈਲਕੂਲੇਸ਼ਨ ਕਰਕੇ ਜਿਹੜਾ ਅਤੇ ਉਹ ਮਟੀਰੀਅਲ ਦੇ ਮੰਨ ਕੇ ਅਕੋਰਡਿੰਗ ਟੂ ਸਾਈਜ਼ ਕਹਿ ਲਓ, ਮਟੀਰੀਅਲ ਕਹਿ ਲਓ, ਕੋਸਟ ਕੋਈ ਨੋਰਮਲ ਦਾ ਗੱਲ ਕੀਤੀ ਜਾਵੇ? ਨੋਰਮਲ ਜੀ ਗੱਲ ਕਰੀਏ 10,000-15,000 ਮਤਲਬ ਇਸ ਤੋਂ ਸਟਾਰਟ ਹੁੰਦੀ ਹੈ ਸਾਰੀ। ਓਕੇ ਹਾਂਜੀ, ਅਤੇ ਇੱਕ ਤਸਵੀਰ ਨੂੰ ਕਿੰਨਾ ਕੁ ਸਮਾਂ ਲੱਗਦਾ, ਕੋਈ ਹਫ਼ਤਾ ਕਿ ਦੋ? ਦੇਖੋ ਹਫ਼ਤਾ ਤਾਂ ਬਿਲਕੁਲ ਪੱਕਾ ਹੀ ਹੈ, ਇੱਕ ਹਫ਼ਤਾ ਤਾਂ ਲੱਗ ਜਾਂਦਾ। ਅੱਛਾ, ਇੱਕ ਹਫ਼ਤੇ ਤੋਂ ਵੱਧ ਹੈ, ਉਹ ਤਾਂ ਹੈ ਤਸਵੀਰ ਦੇ ਉੱਪਰ ਡਿਪੈਂਡ ਕਰਦਾ ਕਿ ਤਸਵੀਰ ਅੰਦਰ ਕੰਮ ਕਿੰਨਾ ਜ਼ਿਆਦਾ ਹੈ, ਕਿਉਂਕਿ ਛੋਟਾ ਛੋਟਾ ਕੰਮ, ਹਰ ਚੀਜ਼ ਨੂੰ ਬਰੀਕੀ ਨਾਲ ਦੇਖਣਾ ਪੈਂਦਾ, ਬਣਾਉਣਾ ਹੁੰਦਾ ਅਤੇ ਉਹ ਫਿਰ ਉਹ ਟਾਈਮ ਲੱਗ ਜਾਂਦਾ ਜੀ। ਜਦੋਂ ਕੋਈ ਆਰਟਿਸਟ ਕੋਈ ਤਸਵੀਰ ਤਿਆਰ ਕਰ ਰਿਹਾ ਹੁੰਦਾ ਨਾ, ਜਿਵੇਂ ਤੁਸੀਂ ਕਿਹਾ ਵੀ ਮੈਨੂੰ ਇੰਨਾ ਲੰਬਾ ਸਮਾਂ ਹੋ ਗਿਆ, ਤੁਸੀਂ ਉਹ ਪੈਨਸਲ ਦੇ ਦੌਰ ਤੋਂ ਸ਼ੁਰੂ ਕੀਤਾ ਜਦੋਂ ਇੰਟਰਨੈਟ ਦਾ ਜ਼ਮਾਨਾ ਨਹੀਂ ਸੀ, 50 ਸਾਲ ਦੇ ਕਰੀਬ ਤੁਸੀਂ ਸਮਾਂ ਹੋ ਗਿਆ ਜੀ ਜੀ, ਤਾਂ ਜੇਕਰ ਗੱਲ ਕੀਤੀ ਉਹ ਤਸਵੀਰ ਕਿਹੜੀ ਹੈ ਜਿਹੜੀ ਤੁਹਾਡੇ ਮਨ ਨੂੰ ਵੀ ਖਿੱਚਦੀ ਹੈ ਵੀ ਹਾਂ ਮੈਨੇ ਉਹ ਤਸਵੀਰ ਤਿਆਰ ਕੀਤੀ ਸੀ? ਦੇਖੋ ਅੱਜ ਮੈਨੂੰ ਇੱਥੇ ਤੱਕ ਲੈ ਆਈ ਹੋ। ਮੈਨੂੰ ਯਾਦ ਹੈ ਮੇਰੇ ਕੋਲ 72 'ਚ 73 'ਚ ਬਣਾਈ ਸੀ ਸੋਨੀ ਮੋਬਾਈਲ ਦੀ ਫੋਟੋ। ਅੱਛਾ, ਉਹ ਹਲੇ ਵੀ ਮੇਰੇ ਕੋਲ ਹੈ, ਉਹ ਬਹੁਤ ਲਾਈਕ ਕੀਤੀ ਲੋਕਾਂ ਨੇ, ਬੜੇ ਅੱਛਾ ਲੱਗਿਆ ਉਹਨਾਂ ਨੂੰ ਵੀ ਉਹਦਾ ਜਿਹੜਾ ਸੀਗਾ ਉਸ ਵੇਲੇ ਦੌਰ ਇਹੋ ਜਿਹਾ ਸੀ ਕਿ ਕੁਛ ਕੰਮ ਨੂੰ ਦੇਖ ਕੇ ਐਪਰੀਸ਼ੀਏਸ਼ਨ ਬਹੁਤ ਕਰਦੇ ਸੀਗੇ। ਉਹ ਹਲੇ ਵੀ ਮਤਲਬ ਮੈਨੂੰ ਹਲੇ ਤੱਕ ਮਨ ਨੂੰ ਲੱਗੀ ਵੀ ਮਤਲਬ ਬਹੁਤ ਵਧੀਆ ਬਣੀ ਉਹ। ਅਤੇ ਉਸ ਤੋਂ ਇਲਾਵਾ ਕੋਈ ਹੋਰ ਕੁਝ ਖਾਸ ਹੋਵੇ ਜਿਹੜੀਆਂ ਵੀ ਖਾਸ ਬਾਤ, ਤਸਵੀਰ ਬੜੀ ਵਧੀਆ ਵੀ ਆ? ਦੇਖੋ ਸਰਦਾਰ ਸੋਭਾ ਸਿੰਘ ਨੂੰ ਇੰਸਪਾਇਰ ਹੋ ਕੇ ਸੋਭਾ ਸਿੰਘ ਦੀ ਕਾਪੀ ਜਿਹੜੀਆਂ ਨੇ ਉਹ ਆਪਾਂ ਬਹੁਤ ਬਣਾਈਆਂ ਨੇ ਉਹਨਾਂ ਦੀਆਂ, ਅਤੇ ਉਹ ਕਿਉਂਕਿ ਉਹ ਫਾਈਨ ਆਰਟ 'ਚ ਅੱਛੇ ਆਰਟਿਸਟ ਸੀਗੇ, ਉਹ ਬਹੁਤ ਬੜੇ ਕਾਬਲ ਸੀਗੇ। ਫਿਰ ਇੱਕ ਹੋਰ ਨੇ ਸਰਦਾਰ ਕਿਰਪਾਲ ਸਿੰਘ, ਜਿਹਨਾਂ ਉਹਨਾਂ ਦੀ ਗੱਲ ਕਰੀਏ, ਉਹ ਬੰਦੇ ਰਿਲੀਜੀਅਸ ਔਰ ਕਲਚਰ ਦੇ ਵਿੱਚ ਉਹਨਾਂ ਦਾ ਹੱਥ ਮਾਸਟਰ ਸੀ ਬਹੁਤ ਜ਼ਿਆਦਾ। ਉਹਨਾਂ ਤੋਂ ਇੰਸਪਾਇਰ ਹੋ ਕੇ ਉਹਨਾਂ ਦੀ ਵੀ ਪੇਂਟਿੰਗਾਂ ਦੇਖ ਕੇ ਬਣਾਈਆਂ, ਉਹਨਾਂ ਦੇ ਨਾਲ ਉਹਨਾਂ ਤੋਂ ਇੰਸਪਾਇਰ ਹੋ ਕੇ ਜਿਹੜੀ ਬਹੁਤ ਵਧੀਆ ਗੱਲ ਕੀਤੀ। ਮੈਂ ਹੁਣ ਕਹਿ ਜਿਹੜੀ ਗੱਲ ਕਹੀਏ, ਇਹ ਤਾਂ ਦੂਸਰੇ ਰੱਬ ਸੀਗੇ, ਸਿਰਫ ਇੱਕ ਜਾਨ ਨਹੀਂ ਪਾ ਸਕਦੇ ਸੀਗੇ, ਬਾਕੀ ਸਭ ਕੁਛ ਇਹਨਾਂ ਦਾ ਜਿਹੜਾ ਸੀਗਾ, ਇਹਨਾਂ ਦਾ ਅੱਧਾ ਕੰਮ ਪਾਰਟੀ, ਇਹਨਾਂ ਦੀ IQ। ਹੁਣ ਸਰਦਾਰ ਕਿਰਪਾਲ ਸਿੰਘ ਦੀ ਗੱਲ ਕਰੀਏ, ਕੂੜਿਆਂ 'ਚ ਉਹਨਾਂ ਦੀ ਇੰਨੀ ਮੁਹਾਰਤ ਸੀਗੀ ਕਿ ਕੂੜਿਆਂ ਦੀ ਜਿੰਨੀ ਕੁ ਵੀ ਉਹਨਾਂ ਦੀ ਅਨੋਟਮੀ ਸੀ, ਉਹਨਾਂ ਦੀ ਬਹੁਤ ਗਲਤ ਹੁੰਦੀ ਸੀ। ਉਹਨਾਂ ਦੀ ਜਿਹੜੀ ਹੈ ਸਾਡੀ ਸਿੱਖੀ ਨੂੰ ਬੜੀ ਦੇਣ ਹੈ, ਉਹਨਾਂ ਨੇ ਸਿੱਖੀ ਵਾਸਤੇ ਬਹੁਤ ਜ਼ਿਆਦਾ ਕੰਮ ਪੇਂਟਿੰਗਾਂ ਬਣਾਈਆਂ ਨੇ ਉਹਨਾਂ ਨੇ। ਹਾਂ, ਅਤੇ ਦਰਬਾਰ ਸਾਹਿਬ ਦੀਆਂ ਤਸਵੀਰਾਂ ਲੱਗਦੀਆਂ ਨੇ, ਉਹਨਾਂ ਦੇ ਵਿੱਚੋਂ ਜਾਂ ਅੰਮ੍ਰਿਤਸਰ ਦੀ ਧਰਤੀ ਤੋਂ ਉੱਪਰ ਕੋਈ ਤੁਹਾਡੀ ਤਸਵੀਰ ਲੱਗੀ ਹੈ ਜਿਹੜੀ ਮੂੰਹ ਬੋਲਦੀ ਹੋਵੇ? ਬਾਕੀ ਮੈਂ ਪਹਿਲਾਂ ਦੇਖ ਤਾਂ ਬਣਾ ਕੇ, ਐਕਚੁਅਲ ਕੀ ਹੈ ਹੁਣ ਸਿਰਫ ਉਹਨਾਂ 'ਤੇ ਉੱਥੇ ਪੋਲੀਟੀਕਲ ਪਲੱਸ ਜਿਹੜੀਆਂ ਉਹਨਾਂ ਦੀਆਂ ਸਮਾਜ ਸੇਵੀ ਦੀਆਂ ਲੱਗ ਰਹੀਆਂ ਨੇ ਸਾਰੀਆਂ ਤਸਵੀਰਾਂ, ਉਹ ਨਹੀਂ ਉੱਥੇ ਪਹਿਲਾਂ ਵਾਲੀਆਂ ਜਿਹੜੀਆਂ ਤਸਵੀਰਾਂ ਨੇ ਉਹ ਨਹੀਂ ਆ, ਉੱਥੇ ਪਹਿਲਾਂ ਨਹੀਂ ਗਾ, ਉਹ ਬਦਲੀ ਜਾ ਰਹੀ। ਉਹਨਾਂ ਦਾ ਇੱਕ ਅਜਾਇਬ ਘਰ ਜਿਹੜਾ ਬਣਿਆ ਉਹਦੇ ਅੰਦਰ ਸਾਰੀਆਂ ਹੀ ਜਿੰਨੇ ਚਾਹੇ ਯੋਧੇ ਨੇ ਉਹਨਾਂ ਦੀਆਂ ਅਤੇ ਪੋਲੀਟੀਕਲ ਬੰਦਿਆਂ ਦੀਆਂ ਅਤੇ ਜਿਹੜੇ ਆਪਣਾ ਮੈਂਬਰ ਵਗੈਰਾ ਉਹਨਾਂ ਦੀਆਂ ਲੱਗ ਰਹੀਆਂ ਨੇ। ਤੇ ਆਮ ਲੋਕ ਵੀ ਆਉਂਦੇ ਨੇ ਤਸਵੀਰ ਬਣਾਉਣ ਵਾਸਤੇ ਵੀ, ਮੇਰੀ ਤਸਵੀਰ ਬਣਾ ਦਿਓ ਜੀ ਜੀ, ਤੇ ਉਹਨਾਂ ਦੀ ਤਿਆਰ ਕਰਕੇ ਦੇ ਦਿੰਦੇ ਨੇ ਫੇਸ ਟੂ ਫੇਸ ਕੇ ਤਸਵੀਰ ਦੇਣੀ ਪੈਂਦੀ ਹੈ? ਹਾਂਜੀ, ਨਹੀਂ ਨਹੀਂ ਤਸਵੀਰ ਦੇ ਦਿੰਦੇ ਤਾਂ ਵੀ ਠੀਕ ਹੈ, ਦੇ ਦਿੰਦੇ ਨੇ, ਕਿਉਂਕਿ ਇੰਨਾ ਟਾਈਮ ਨਹੀਂ ਹੁੰਦਾ ਕਿਸੇ ਕੋਲ ਬੈਠਣ ਵਾਸਤੇ ਅਤੇ ਉਹ ਤਸਵੀਰ ਦੇ ਤਸਵੀਰ ਨਾ ਬਣਾ ਦਿੰਦੀ ਹੈ। ਅਤੇ ਬਿਲਕੁਲ ਧਾਰਮਿਕ ਖੇਤਰ ਦੀ ਗੱਲ ਕੀਤੀ, ਜਿਵੇਂ ਤੁਸੀਂ ਦੱਸਿਆ ਵੀ ਧਾਰਮਿਕ ਜਗ੍ਹਾ 'ਤੇ ਜਾ ਕੇ ਅਸੀਂ ਜਿਹੜਾ ਅਜਾਇਬ ਘਰ ਦੇ ਵਿੱਚ ਤਸਵੀਰਾਂ ਸਥਾਪਿਤ ਕੀਤੀਆਂ ਨੇ, ਤਾਂ ਕਿਹੜੀਆਂ ਕਿਹੜੀਆਂ ਸੰਸਥਾਵਾਂ ਵੱਲੋਂ ਜਿਹੜਾ ਤੁਹਾਨੂੰ ਮਾਣ ਸਤਿਕਾਰ ਦਿੱਤਾ ਗਿਆ? ਦੇਖੋ ਗੱਲ ਇਹ ਹੈ ਕਿ ਜਿਹੜੇ ਵੀ ਗੁਰਦੁਆਰਾ ਸਾਹਿਬ ਲਾਈਆਂ ਨੇ ਉਹਨਾਂ ਸਾਰਿਆਂ ਨੇ ਸਤਿਕਾਰ ਬਹੁਤ ਕੀਤਾ। ਜਦੋਂ ਇੱਕ ਤਸਵੀਰ ਬਣਾ ਰਹੇ ਹੁੰਦੇ ਖਾਸ ਤੌਰ 'ਤੇ ਗੁਰੂ ਸਾਹਿਬਾਨਾਂ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਗੁਰੂ ਗੋਬਿੰਦ ਸਿੰਘ ਤਸਵੀਰ ਤਿਆਰ ਕੀਤੀ ਆ, ਜਾਂ ਕੋਈ ਵੀ ਧਾਰਮਿਕ ਤਸਵੀਰ ਦੀ ਗੱਲ ਕੀਤੀ ਜਾਵੇ, ਛੋਟੇ ਸਾਹਿਬਜ਼ਾਦਿਆਂ ਦੀ ਗੱਲ ਕੀਤੀ ਜਾਵੇ, ਜਦੋਂ ਤਸਵੀਰ ਤੁਸੀਂ ਤਿਆਰ ਕਰ ਰਹੇ ਹੁੰਦੇ ਹੋ ਇੱਕ ਪੈਨਸਲ ਦੇ ਨਾਲ, ਤਾਂ ਉਹ ਮਨ ਦੇ ਵਿੱਚ ਕੀ ਹਾਵ ਭਾਵ ਆਉਂਦੇ ਨੇ? ਬਿਲਕੁਲ, ਦੇਖੋ ਜਿੱਦਾਂ ਦੀ ਤਸਵੀਰ ਬਣਾ ਰਹੇ ਨੇ ਹਾਵ ਭਾਵ ਵੀ ਉੱਦਾਂ ਦੇ ਹੀ ਹੁੰਦੇ ਨੇ, ਮਾਇੰਡ ਸਾਰਾ ਜਿਹੜਾ ਉਹਦੇ ਉੱਪਰ ਹੀ ਜਿਹੜਾ ਉਹ ਫੋਕਸ ਹੁੰਦਾ ਸਾਰਾ।
ਫਿਰ ਗੁਰਬਾਣੀ ਨਾਲ ਲੱਗੀ ਹੁੰਦੀ, ਉਦਾਂ ਦਾ ਇਹੀ ਹੈ ਐਟਮੋਸਫੇਅਰ ਬਣਿਆ ਹੁੰਦਾ ਅਕਾਲੀ ਬਾਬਾ ਫੂਲਾ ਸਿੰਘ ਦੇ ਉੱਪਰ। ਉਹਨਾਂ ਦੀਆਂ ਜਿਹੜੀਆਂ ਨੇ ਆਪਣਾ ਜਨਮ ਤੋਂ ਲੈ ਕੇ ਪ੍ਰਾਪਤੀਆਂ ਜਿੰਨੀਆਂ ਸੀ ਸਾਰੀਆਂ ਉਹਨਾਂ ਦੀਆਂ ਪੇਂਟਿੰਗਾਂ, ਉਹ ਅਜਾਇਬ ਘਰ ਬਣਨਾ ਹੈ, ਉਹ ਅਕਾਲੀ ਫੂਲਾ ਸਿੰਘ ਗੁਰਦੁਆਰਾ ਦੇ ਵਿੱਚ ਲੱਗਣਾ ਵਾ, ਉਹ ਤਿਆਰ ਹੋ ਰਿਹਾ, ਉਹ ਅਗਰ ਮਹਾਰਾਜ ਨੇ ਕਿਰਪਾ ਕੀਤੀ ਦਸੰਬਰ ਤੱਕ ਸ਼ਾਇਦ ਤਿਆਰ ਹੋ ਜਾਏਗਾ। ਠੀਕ ਹੈ। ਆ ਜਿਹੜੀ ਤੁਸੀਂ ਆ ਸਾਰੀ ਲਾਇਬ੍ਰੇਰੀ ਤਿਆਰ ਕੀਤੀ ਆ, ਫਿਰ ਤੁਸੀਂ ਸੇਲ ਕਰਨ ਵਾਸਤੇ ਤਿਆਰ ਕੀਤੀ ਆ ਕਿ ਜੋ ਕੋਈ ਆਣ ਤਸਵੀਰਾਂ ਲੈ ਕੇ ਜਾਣ ਜਾਂ ਖਰੀਦਣ, ਕੀ ਮਕਸਦ ਕੀ ਹੈ ਅਜੀਤ ਸਿੰਘ ਦਾ ਮਕਸਦ ਕੀ ਹੈ? ਇਹਦੇ ਵਿੱਚ ਜਿਹੜੀਆਂ ਤਸਵੀਰਾਂ ਨੇ ਨਾ, ਇਹ ਸਿਰਫ ਇੱਕ ਮੈਂ ਮੰਨ ਕੇ ਚਲੋ ਸ਼ੋਅ ਆਫ ਹੈ ਵੀ ਮੈਂ ਇੱਦਾਂ ਦਾ ਕੰਮ ਕਰ ਸਕਦਾ, ਬਾਕੀ ਤਾਂ ਕਸਟਮਾਈਜ਼ ਹੀ ਕਸਟਮਰ ਆਉਂਦੇ ਨੇ, ਉਹ ਜਿੱਦਾਂ ਦੀ ਕੋਈ ਕਹਿੰਦੇ ਨੇ ਉੱਦਾਂ ਦੀ ਬਣਾ ਕੇ ਦੇ ਦਿੱਤੀ ਹੈ। ਅਜੀਤ ਸਿੰਘ ਦਾ ਜਿਹੜਾ ਸੁਪਨਾ ਸੀ ਉਹ ਪੂਰਾ ਹੋ ਗਿਆ, ਇੱਕ ਛੋਟੀ ਜਿਹੀ ਪੈਨਸਲ ਤੋਂ ਸ਼ੁਰੂਆਤ ਕੀਤੀ, ਅੱਜ ਜਿਹੜਾ ਇੰਨਾ ਵੱਡਾ ਜੀ 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 ਸ਼ੁਰੂ ਹੋ ਗਿਆ, ਕੀ ਮਨ ਦੇ ਵਿੱਚ ਕੀ ਆ ਰਿਹਾ? ਇਹ ਦੇਖੋ ਇੱਥੇ ਹੀ ਬਸ ਨਹੀਂ ਹੈ, ਇਸ ਤੋਂ ਅੱਗੇ ਵੀ ਜੋ ਹੈ ਮੇਰਾ ਮਨ ਹੈਗਾ ਕਿ ਅਗਲੇ ਸਾਲ ਮੈਨਪੁਰ 'ਚ ਵੀ ਇੱਦਾਂ ਦੀ ਆਰਟ ਗੈਲਰੀ ਖੁੱਲ੍ਹਣੀ ਹੈ, ਉੱਥੇ ਜਾ ਕੇ ਖੋਲ੍ਹਾਂਗੇ, ਅਤੇ ਕੋਸ਼ਿਸ਼ ਤਾਂ ਇਹੀ ਹੈ ਵੀ ਅਗਲੇ ਸਾਲ ਖੁੱਲ੍ਹ ਜਾਏ ਉੱਥੇ ਵੀ, ਅਤੇ ਬਾਕੀ ਉੱਪਰ ਵਾਲਾ ਮਾਲਕ ਹੈ, ਜੇ ਅਸੀਂ ਤਿਆਰ ਰਹੇ ਅਤੇ ਕੁਦਰਤ ਨੇ ਸਾਥ ਦਿੱਤਾ ਜ਼ਰੂਰ ਕਰਾਂਗੇ। ਅੱਛਾ, ਫੈਸਟੀਵਲ ਵਗੈਰਾ ਵੀ ਹੁੰਦੇ ਨੇ, ਮੇਲੇ ਵਗੈਰਾ ਵੀ ਹੁੰਦੇ ਨੇ, ਸੈਮੀਨਾਰ ਵੀ ਹੁੰਦੇ ਨੇ, ਅਤੇ ਕੀ ਉਹਦੇ ਵਿੱਚ ਕੀ ਤੁਸੀਂ ਆਪਣੇ ਤਸਵੀਰਾਂ ਲੈ ਕੇ? ਉਹਦੇ ਵਾਸਤੇ ਅਸੀਂ ਖੈਰ ਇੰਨਾ ਕਦੀ ਬੋਦਰ ਵੀ ਨਹੀਂ ਕੀਤਾ, ਨਾ ਹੀ ਗਏ, ਹੁਣ ਅਸੀਂ ਜਿਹੜਾ ਆਪਣਾ ਐਗਜੀਬਿਸ਼ਨਾਂ ਬਾਰੇ ਵਿਚਾਰ ਕਰ ਰਹੇ ਹਾਂ ਵੀ ਐਗਜੀਬਿਸ਼ਨ ਲਾਇਆ ਕਰੀਏ। ਤੁਸੀਂ ਪਟਿਆਲੇ ਦੇ ਵਸਨੀਕ ਹੋ, ਪਟਿਆਲੇ ਦੇ ਵਿੱਚ ਤੁਸੀਂ ਜਿਹੜੇ ਆਰਟ ਗੈਲਰੀ ਖੋਲ੍ਹੀ ਹੈ, ਪਟਿਆਲੇ ਦੇ ਵਿੱਚ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਹੈ, ਉਹ ਸਾਰਾ ਮਹਿਲ ਹੈ, ਬੜੇ ਲੋਕ ਉਤਾਵਲੇ ਹੁੰਦੇ ਨੇ, ਅਸੀਂ ਮਹਿਲ ਦੇ ਵਿੱਚ ਜਾਈਏ, ਉਹ ਤਸਵੀਰਾਂ ਦੇਖੀਏ ਜਿਹੜੀਆਂ ਪੁਰਾਣੀਆਂ ਬਣੀਆਂ ਹੋਈਆਂ ਨੇ, ਉਹਨਾਂ ਦੇ ਵਿੱਚੋਂ ਤੁਹਾਡੀ ਵੀ ਕੋਈ ਤਸਵੀਰ ਹੈਗੀ ਹੈ ਜਾਂ ਤੁਸੀਂ ਕੋਈ ਬਣਾ ਕੇ ਦੇ ਕੇ ਆਏ ਉਹਨਾਂ ਨੂੰ? ਉਹ ਜਿਹੜੀਆਂ ਵੀ ਪਹਿਲੀਆਂ ਲੱਗੀਆਂ ਹੋਈਆਂ ਨੇ ਉਹ ਸਾਰੀਆਂ ਫਰਾਂਸ ਦੇ ਜਾਂ ਅਮਰੀਕਾ ਦੇ ਜਿਹੜਾ ਬਾਹਰ ਦੇ ਆਰਟਿਸਟਾਂ ਦੀਆਂ ਹੀ ਲੱਗੀਆਂ ਹੋਈਆਂ ਨੇ, ਉਹ ਨਵੀਂ ਕੋਈ ਲੱਗੀ ਉੱਥੇ। ਅੱਛਾ ਜੀ। ਤੇ ਤੁਸੀਂ ਕੋਈ ਪਰਿਵਾਰ ਨੂੰ ਬਣਾ ਕੇ ਦਿੱਤੀ ਹੋਵੇ, ਕਿਉਂਕਿ ਮਹਾਰਾਣੀ ਸਾਹਿਬ ਨੂੰ ਬਣਾ ਕੇ ਦਿੱਤੀ ਹੈ, ਮਹਾਰਾਣੀ ਸਾਹਿਬ ਦੀ ਬਣਾਈ ਹੋਈ ਹੈ। ਅੱਛਾ, ਕੀ ਤਸਵੀਰ ਕੀ ਸੀ ਜਿਹਦੀ ਮਹਾਰਾਣੀ ਸਾਹਿਬ ਦੀ ਬਣਾਈ? ਓਕੇ, ਉਹ ਕਿਹੜੇ ਸਾਲ ਦੀ ਗੱਲ ਕਰ ਰਹੇ ਹੋ ਤੁਸੀਂ? ਤੁਸੀਂ ਤਾਂ ਅਸੀਂ ਕੋਈ ਯਾਦ ਹੋਵੇ, ਚਲੋ 15-18 ਸਾਲ ਪਹਿਲਾਂ ਦੀ ਗੱਲ ਹੈ। ਓਕੇ, 15-20 ਸਾਲ ਹੀ ਹੋ ਗਏ ਹੋਣੇ। ਅੱਛਾ, 20 ਸਾਲ ਦੇ ਸਮਾਂ ਹੋ ਗਿਆ ਜਦੋਂ ਤੁਸੀਂ ਤਿਆਰ ਕੀਤੀ ਹੈ। ਹਾਂਜੀ ਹਾਂਜੀ। ਤੇ ਉਸ ਤੋਂ ਇਲਾਵਾ ਹੁਣ ਪਰਿਵਾਰ ਦੀ ਥੋੜੀ ਜਿਹੀ ਗੱਲ ਕਰਦੇ ਹਾਂ, ਹੁਣ ਬੱਚੇ ਜਿਹੜੇ ਤੁਹਾਡੇ ਇਸ ਲਾਈਨ ਦੇ ਵਿੱਚ ਆ ਰਹੇ ਨੇ, ਕਿਉਂਕਿ ਮੈਨੂੰ ਲੱਗਦਾ ਵੀ ਬੇਟੀ ਮੇਰੀ ਜਿਹੜੀ ਹੈ ਉਹ ਆਰਟਿਸਟ ਹੈ, ਉਹਨੇ ਐਨੀਮੇਸ਼ਨ ਦਾ ਜਿਹੜਾ ਮਾਸਟਰ ਕੀਤੀ ਹੋਈ ਹੈ ਅਤੇ ਆਰਟਿਸਟ ਹੈ, ਬਾਕੀ ਬੇਟਾ ਹੈ ਛੋਟਾ ਉਹ ਨਾਲ ਆ ਗਿਆ, ਉਹ ਵੀ ਜਿਹੜਾ ਹੈ ਇਹਦੇ ਨਾਲ ਇੰਟਰਸਟ, ਉਹਨੇ ਵੀ ਆਪਣਾ ਕੰਪਿਊਟਰ ਦੀ ਜਿਹੜੀ ਆ ਉਹ ਆਪਣਾ ਡਿਗਰੀ ਕੀਤੀ ਹੋਈ ਹੈ, ਉਹ ਆ ਕੇ ਬੱਚੇ ਨਾਲ ਆ ਗਏ ਨੇ ਸਾਰੇ ਨਾਲ, ਉਹੀ ਇੰਸਪਾਇਰ ਕਰਦੇ ਨੇ ਕਿ ਤੁਸੀਂ ਇੱਦਾਂ ਕਰੋ ਵੀ ਇਸ ਨੂੰ ਅੱਛੇ ਹੋਰ ਇੰਪਰੂਵ ਕਰਕੇ ਲਾਓ। ਅਤੇ ਕੁਝ ਖਾਸ ਹੋਰ ਤਸਵੀਰਾਂ ਦੱਸੋ ਵੀ ਜਿਹੜੀ ਤੁਹਾਡੇ ਕੋਲ ਬਣਾਈਆਂ ਹੋਣ, ਕਿ ਬਾਕੀ ਉਹ ਦਿਲ ਖਿੱਚਦੀਆਂ ਹੋਣ, ਵੀ ਜਦੋਂ ਲੋਕ ਆ ਕੇ ਦੇਖਣ ਵੀ ਬਾਕੀ ਤੁਹਾਡੇ ਕੋਲ ਹੈਗੀ ਹੈ, ਵੀ ਅਸੀਂ ਵੀ ਲੈ ਕੇ ਜਾਈਏ ਆਪਣੇ ਜਿਹੜੀ ਘਰ ਦੇ ਵਿੱਚ ਲਗਾਈਏ? ਜੀ ਹਾਂ ਜੀ ਹਾਂ, ਹੈਗੀਆਂ ਨੇ ਜੀ। ਕਿਹੜੀਆਂ ਕਿਹੜੀਆਂ ਥੋੜ੍ਹਾ ਜ਼ਿਕਰ ਕਰੋ? ਦੇਖੋ, ਚਾਹੇ ਤੁਸੀਂ ਮੰਨ ਕੇ ਚੱਲੋ ਨੇਚਰ ਦੇ ਉੱਪਰ ਹੈ, ਅਤੇ ਚਾਹੇ ਜਿਹੜੀ ਹੈ ਐਨੀਮਲ ਦੇ ਉੱਪਰ ਆ, ਦੇਖੋ ਨੇਚਰ ਦੇ ਉੱਪਰ ਹੈ ਬਣੀ ਹੋਈ, ਸਕੈਚਿੰਗ ਪੋਰਟਰੇਟ ਨੇ, ਇਹ ਸਾਰੇ ਹੀ ਸਾਰੇ ਜਿਹੜੇ ਨੇ ਬਾਬੇ ਨਾਨਕ ਦੀ ਬਣਾ ਰੱਖੀ ਸੀ, ਬਣਾਉਣ ਤੋਂ ਪਿੱਛੇ ਬਣਾਈ ਸੀਗੀ, ਉਹ ਮਤਲਬ ਲੋਕ ਲਾਈਕ ਕਰਦੇ ਨੇ ਬਹੁਤ ਜ਼ਿਆਦਾ। ਦੇਖੋ ਇੱਕ ਪੇਂਟਿੰਗ ਮੈਂ ਲਾਈ, ਪੇਂਟਿੰਗ ਹੁਣ ਬਣਾਈ ਹੈ ਪਿੱਛੇ, ਉਹ ਲਾਹੌਰ ਆਰਟ ਮਿਊਜ਼ੀਅਮ 'ਚ ਲੱਗੀ ਹੋਈ ਹੈ, ਉਹ ਹੈ ਮਹਾਰਾਜਾ ਸ਼ੇਰ ਸਿੰਘ ਦਾ ਦਰਬਾਰ, ਉਹ ਪਿੱਛੇ ਬਣਾਈ ਹੈ, ਉਹ ਮੇਰੇ ਕੋਲ ਹੈਗੀ ਹੈ, ਉਹ ਲੱਗੀ ਹੋਈ ਹੈ। ਠੀਕ ਹੈ, ਤੁਸੀਂ ਨੇਚਰ ਦੀ ਗੱਲ ਕੀਤੀ ਹੈ, ਵਾਤਾਵਰਨ ਬੜਾ ਆਪਣਾ ਖਰਾਬ ਹੋ ਰਿਹਾ, ਅੱਜ ਸਰਕਾਰ ਵੀ ਲਗਾਤਾਰ ਕਹਿ ਰਹੀ ਹੈ ਵੀ ਸਾਨੂੰ ਜਿਹੜਾ ਪੌਦੇ ਲਗਾਉਣੇ ਚਾਹੀਦੇ ਨੇ, ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ, ਉਸ ਨੂੰ ਲੈ ਕੇ ਕੋਈ ਪੋਰਟਲ ਤਿਆਰ ਕੀਤਾ ਜਾ ਰਿਹਾ ਕਿ ਬਾਕੀ ਆਪਾਂ ਜਿਹੜਾ
ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਲਈ ਕੋਈ ਸੁਨੇਹਾ ਦੇ ਸਕੀਏ ਜਿਵੇਂ ਤੁਸੀਂ ਤਸਵੀਰਾਂ ਦੇ ਰਾਹੀਂ? ਦੇਖੋ ਤਸਵੀਰਾਂ ਕਰ ਰਹੇ ਹੋ, ਅਸੀਂ ਇਸੇ ਕਰਕੇ ਜੋ ਹੈ ਨੇਚਰ ਦੇ ਉੱਪਰ ਬਣਾਉਂਦੇ ਹਾਂ, ਜੋ ਵੀ ਹੈ ਉਹ ਹਰ ਗ੍ਰੀਨਰੀ ਦੇ ਉੱਪਰ, ਵਾਟਰ ਦੇ ਉੱਪਰ, ਜਿਹੜੇ ਆ ਫਲਾਵਰ ਦੇ ਉੱਪਰ ਸਾਰੀਆਂ ਲਾ ਰਹੇ ਹਾਂ, ਅਸੀਂ ਪੇਂਟਿੰਗਾਂ ਬਣਾ ਕੇ ਰੱਖਦੇ ਹਾਂ, ਉਹ ਮਤਲਬ ਬਣਾ ਤਾਂ ਰਹੇ ਹਾਂ, ਬਾਕੀ ਐਕਸਪੋਜ਼ ਕਰਨਾ ਹੁਣ ਅਗਲੇ ਸਾਲ ਤੋਂ ਐਕਸਪੋਜ਼ ਕਰ ਦਿਆਂਗੇ ਸਾਰਾ ਜਿਹੜਾ ਹੈਗਾ, ਐਗਜੀਬਿਸ਼ਨ ਲਾਵਾਂਗੇ ਉਹਦੇ, ਸਾਰਾ ਜਿਹੜਾ ਹੈਗਾ ਇਹ ਜਿਹੜਾ ਤੁਸੀਂ ਗੱਲ ਕੀਤੀ ਹੈ ਇਹਦੇ ਇਨਵਾਇਰਮੈਂਟ ਦੇ ਉੱਪਰ ਲਾਵਾਂਗੇ। ਅੱਛਾ ਅੱਛਾ, ਮੈਨੂੰ ਇੱਕ ਦੱਸੋ ਕਿ ਨਾਮ ਹੈ, ਹੁਣ ਹਰ ਇੱਕ ਕੰਮ ਦੇ ਵਿੱਚ ਕੰਪੀਟੀਸ਼ਨ ਬੜਾ ਹੋ ਗਿਆ, ਆਰਟ ਦੀ ਗੱਲ ਕੀਤੀ ਜਾਵੇ ਜਾਂ ਹਰ ਇੱਕ ਲਾਈਨ ਦੇ ਵਿੱਚ ਕੰਪੀਟੀਸ਼ਨ ਹੈ, ਕੀ ਹੁਣ ਕੰਪੀਟੀਸ਼ਨ ਦਾ ਦੌਰ ਹੈਗਾ ਕਿ ਤੁਹਾਨੂੰ ਜਿਹੜਾ ਸਾਡੀ ਮਿਲ ਰਿਹਾ? ਸਾਡੀ ਲਾਈਨ ਦੇ ਵਿੱਚ ਕੋਈ ਕੰਪੀਟੀਸ਼ਨ ਨਹੀਂ ਹੈ। ਅੱਛਾ, ਹਰ ਇੱਕ ਕਲਾਕਾਰ ਇੱਕ ਆਪਣੀ ਕਲਾ ਦਾ ਮਾਲਕ ਹੈ, ਉਹਦੇ ਕੋਲ ਉੱਦਾਂ ਉੱਦਾਂ ਦਾ ਕੰਮ ਹੈ, ਉੱਦਾਂ ਦਾ ਹੀ ਕਰੀ ਜਾ ਰਿਹਾ ਹੂੰ। ਅਤੇ ਜਿੰਨਾ ਕੁ ਪਹਿਲੇ ਲੋਕ ਇੰਨੇ ਵਾਸਟ ਵੀ ਨਹੀਂ ਸੀਗੇ ਖਰੀਦਣ ਵਾਸਤੇ, ਹੁਣ ਬਹੁਤ ਵਾਸਟ, ਹੁਣ ਬੜਾ ਜ਼ਿਆਦਾ ਕ੍ਰੇਜ਼ੀ ਵੀ ਹੋ ਗਏ ਨੇ ਜਿੰਨਾ ਕੰਮ ਹੈ, ਕਿਉਂਕਿ ਜਿਹੜਾ ਇੱਕ ਆਰਟਿਸਟ ਇੱਕ ਅਗਰ ਪੇਂਟਿੰਗ ਪਕੜ ਲੈਂਦਾ ਉਹ 8 ਦਿਨ ਲਈ ਜੋ ਹੈ ਆਕੂਪਾਈ ਹੋ ਜਾਂਦਾ, ਉਹ 8 ਦਿਨ ਹੋਰ ਕੋਈ ਕੰਮ ਨਹੀਂ ਕਰ ਪਾਉਂਦਾ, ਦੂਸਰੇ ਆਰਟਿਸਟ ਨੂੰ ਦੇਣਾ ਹੀ ਪੈਣਾ ਕੰਮ। ਬਿਲਕੁਲ ਬਿਲਕੁਲ, ਅਤੇ ਉਹ ਇਸ ਕਰਕੇ ਨਵੇਂ ਪੁੱਤੇ ਜਿਹੜੀ ਨਵੀਂ ਜਨਰੇਸ਼ਨ ਹੈ ਨਾ, ਉਹ ਫਾਈਨ ਆਰਟ 'ਚ ਆ ਹੀ ਨਹੀਂ ਰਹੀ, ਉਹ ਅਬਸਟ੍ਰੈਕਟ ਆਰਟ ਜਾਂ ਅਲਾਵਾ ਜਿਹੜਾ ਹੈਗਾ ਰੀਜਨ ਆਰਟ ਹੈ ਜਿਹੜਾ ਨਵਾਂ ਯੁੱਗ ਹੈ, ਉਹ ਆਪਣਾ ਕੰਟੈਂਪਰੇਰੀ ਆਰਟ ਕਹਿੰਦੇ ਨੇ, ਉਹਦੇ 'ਚ ਆ ਰਹੀ ਹੈ ਸਾਰੀ, ਇਹਦੇ ਫਾਈਨ ਆਰਟ 'ਚ ਨਹੀਂ ਆ ਰਹੀ। ਕਾਰਨ ਕੀ ਸਮਝਦੇ, ਕਿਉਂ ਨਹੀਂ ਆ ਰਹੀ, ਕਿ ਪੈਸਾ ਨਹੀਂ ਹੈ ਜਾਂ ਸਮਾਂ ਘੱਟ ਹੈ ਜਾਂ ਫਿਰ ਲੋਕ ਆਉਣਾ ਨਹੀਂ ਚਾਹੁੰਦੇ, ਕਾਰਨ ਕੀ ਸਮਝਦੇ? ਨਹੀਂ ਨਹੀਂ ਨਹੀਂ, ਇਹ ਐਕਚੁਅਲੀ ਵਿੱਚ ਇਹਦੇ 'ਚ ਇਬਾਦਤ ਬਹੁਤ ਚਾਹੀਦੀ ਹੈ, ਇਹਦੇ ਅੰਦਰ ਜੋ ਹੈ ਬੜੀ ਮੈਡੀਟੇਸ਼ਨ ਦੀ ਜ਼ਰੂਰਤ ਹੈ, ਤਾਂ ਜਾ ਕੇ ਤਸਵੀਰ ਦੀ ਹੈ ਉਹ ਆਪਣਾ ਬਣਦੀ ਹੈ, ਸੌਫਟਨੈਸ ਆਉਂਦੀ ਹੈ ਉਹਦੀ। ਸਮਾਂ ਵੀ ਚਾਹੀਦਾ, ਇੱਕ ਪੇਸ਼ੈਂਸ ਰੱਖਣੀ ਪੈਂਦੀ ਹੈ ਵੀ। ਦੇਖੋ ਇੱਕ ਸਿਟਿੰਗ ਘੱਟੋ ਘੱਟ 8 ਘੰਟੇ ਦੀ ਹੁੰਦੀ। ਹਾਂ ਬਿਲਕੁਲ, 8 ਘੰਟੇ ਜਿਹੜਾ ਹੈ ਸਿਟਿੰਗ ਕਰਨੀ ਹੈ, ਨਾ ਤਾਂ ਬੋਲਣਾ, ਇਕਾਗਰਤਾ ਨਾਲ ਉਹਦੇ ਬਾਰੇ ਧਿਆਨ ਦੇ ਕੇ ਬਣਾਉਣੀ ਹੈ, ਇਹ ਹਰ ਅੱਜ ਦੌੜ ਦੇ ਯੁੱਗ ਵਿੱਚ ਇੰਨਾ ਸੰਭਵ ਨਹੀਂ ਹੈ, ਹਰ ਬੰਦਾ ਨਹੀਂ ਕਰ ਪਾਉਂਦਾ। ਚਲੋ, ਕਲਾਕਾਰਾਂ ਦੀ ਤੁਸੀਂ ਗੱਲ ਕੀਤੀ ਹੈ, ਕੋਈ ਨਾਮੀ ਕਲਾਕਾਰ ਨੂੰ ਤਸਵੀਰ ਬਣਾ ਕੇ ਦਿੱਤੀ ਹੈ ਜਿਹਨਾਂ ਦਾ ਬਾਕੀ ਨਾਮ ਹੋਵੇ, ਜਾਂ ਕੋਈ ਅਦਰ ਕੋਈ ਕਲਾਕਾਰ ਹੋਵੇ ਜਿਹਨੂੰ ਤਸਵੀਰ ਬਣਾ ਕੇ ਦਿੱਤੀ ਹੋਵੇ, ਉਹ ਬਾਕੀ ਉਹਨੇ ਅੱਜ ਘਰ ਲਾਈ ਹੋਵੇ, ਮੇਰੀ ਅਜੀਤ 8 ਸਾਲਾਂ ਨੇ ਬਣਾ ਕੇ ਦਿੱਤੀ ਤਸਵੀਰ? ਦੇਖੋ ਦਿੱਲੀ ਤਾਂ ਮੇਰੇ ਹੈ ਨਾ, ਕਿਉਂਕਿ ਮੈਂ ਐਕਚੁਅਲੀ ਦਿੱਲੀ ਥੋੜ੍ਹੀ ਦੇਰ ਲਾ ਕੇ ਉਹਨਾਂ ਬਿਮਾਰੀ ਲਾਲ ਬਹਾਦਰ ਕੋਲ ਸਿੱਖਿਆ ਹੈ, ਉਹਨਾਂ ਨੂੰ ਬਣਾ ਕੇ ਦਿੱਤੀ, ਉਹਨਾਂ ਦੀ ਲੱਗੀ ਹੋਈ ਹੈ, ਉਹਨਾਂ ਦੇ ਆਫਿਸ 'ਚ ਹਾਲੇ ਵੀ ਲੱਗੀ ਹੋਈ ਹੈ। ਮੁੱਲ ਮਿਲ ਜਾਂਦਾ ਜਦੋਂ ਤਸਵੀਰ ਬਣਾਉਂਦੇ ਹੋ ਇੱਕ, ਜਾਂ ਉਸ ਤੋਂ ਬਾਅਦ ਉਹ ਕ੍ਰੀਏਟ ਕਰਨ ਵਾਸਤੇ? ਮੁੱਲ ਦੀ ਗੱਲ ਇਸ ਤਰ੍ਹਾਂ ਹੈਗਾ ਕਿ ਹੁਣ ਜੋ ਸਮਾਂ ਆ ਗਿਆ, ਪ੍ਰੈਕਟੀਕਲ ਆ ਗਿਆ, ਹੁਣ ਮਿਲ ਜਾਂਦਾ, ਹੁਣ ਕੋਈ ਦਿੱਕਤ ਨਹੀਂ। ਓਕੇ, ਵੀ ਲੋਕ ਚਾਹੁੰਦੇ ਨੇ ਵੀ ਤਸਵੀਰ ਬਣਾਈ ਜਾਵੇ ਤਾਂ ਮੁੱਲ ਮਿਲ ਜਾਂਦਾ? ਹਾਂ, ਮੁੱਲ ਮਿਲ ਜਾਏ, ਮਤਲਬ ਮਿਲ ਜਾਏ, ਕਿਉਂਕਿ ਪੈਸੇ ਦੀ ਕੋਈ ਗੱਲ ਨਹੀਂ ਹੈ, ਮਿਲ ਜਾਂਦਾ। ਅਤੇ ਮੇਰਾ ਲਾਸਟ ਸਵਾਲ ਹੈ, ਕਿਉਂਕਿ ਸਮਾਂ ਹੁਣ ਜਾਂਦੇ ਜਾਂਦੇ ਵਾਰੀ, ਅਜੀਤ ਸਿੰਘ ਦਾ ਕੀ ਸੁਪਨਾ ਕੀ ਹੈ? ਉਸ ਤੋਂ ਇਲਾਵਾ ਹੁਣ ਇੱਕ ਲਾਇਬ੍ਰੇਰੀ ਤਿਆਰ ਹੋ ਚੁੱਕੀ ਹੈ ਤੁਹਾਡੀ, ਇੱਕ ਤੁਸੀਂ ਕਿਹਾ ਛੋਟਾ ਜਿਹਾ ਜਿਹੜਾ ਸਟਾਰਟ ਕੀਤਾ, ਇੱਕ ਤਸਵੀਰ ਬਣਾਈ ਸਕੂਲ ਟਾਈਮ ਤੋਂ, ਜਿਹੜਾ ਇੱਕ ਤਸਵੀਰ ਬਣਾਈ, ਉਸ ਤੋਂ ਬਾਅਦ ਇੱਕ ਗੈਲਰੀ ਤਿਆਰ ਕੀਤੀ ਹੈ, ਹੁਣ ਅਗਲਾ ਏਮ ਕੀ ਹੈ ਵੀ ਅਜੀਤ ਸਿੰਘ ਨੇ ਆਹ ਕੁਛ ਕਰਨਾ? ਬਸ ਹੁਣ ਅਗਲਾ ਏਮ ਇਹੀ ਹੈ, ਵੈਨਕੋਰ ਕੈਨੇਡਾ 'ਚ ਜਿਹੜੀ ਹੈ ਆਰਟ ਗੈਲਰੀ ਬਣਾਉਣੀ। ਸੋ ਅਸੀਂ ਉਮੀਦ ਕਰਦੇ ਹਾਂ ਤੁਹਾਡੀ ਆਰਟ ਗੈਲਰੀ ਜਿਹੜੀ ਹੈ ਪੂਰੀ ਹੋਵੇਗੀ। ਧੰਨਵਾਦ, ਤੁਸੀਂ ਸਾਨੂੰ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਬਿਲਕੁਲ, ਇਹ ਸਨ ਅਜੀਤ ਸਿੰਘ ਜੀ, ਜਿਨ੍ਹਾਂ ਨੇ ਆਪਣੀ ਜੀਵਨੀ ਬਾਰੇ ਅਤੇ ਆਪਣੇ ਆਰਟ ਬਾਰੇ, ਜਾਣੀ ਕਿ ਉਹਨਾਂ ਕੋਲ ਜਿਹੜੀ ਕਲਾ ਜਿਹੜੀ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਨੇ ਉਹ ਉਸ ਕਲਾ ਨੂੰ ਜਿਹੜਾ ਲੈ ਕੇ ਜਾ ਰਹੇ ਨੇ, ਖਾਸ ਤੌਰ 'ਤੇ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਜਿਹੜੀਆਂ ਤਸਵੀਰਾਂ ਨੇ ਉਹ ਧਾਰਮਿਕ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਵੱਖ ਵੱਖ ਗੁਰੂ ਸਭਾਵਾਂ ਦੇ ਵਿੱਚ ਜਿਹੜੇ ਨੇ ਲਾਇਬ੍ਰੇਰੀ, ਜਾਣੀ ਕਿ ਆਪਾਂ ਕਹਿ ਸਕਦੇ ਹਾਂ ਅਜਾਇਬ ਘਰ ਜਿਹੜੇ ਬਣੇ ਹੁੰਦੇ ਨੇ, ਉੱਥੇ ਸਥਾਪਿਤ ਕੀਤੀਆਂ ਹੋਈਆਂ ਨੇ। ਜੇਕਰ ਰਾਜਨੀਤਿਕ ਪਾਰਟੀ ਦੇ ਲੀਡਰਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਜਿਹੜੇ ਨੇ ਇਹਨਾਂ ਤੋਂ ਤਸਵੀਰਾਂ ਬਣਾ ਕੇ ਲੈ ਕੇ ਜਾਂਦੇ ਨੇ। ਜੇਕਰ ਤੁਸੀਂ ਵੀ ਚਾਹ ਵਾਲੂ ਤਸਵੀਰਾਂ ਬਣਾਉਣ ਦੇ ਵੀ ਸਾਨੂੰ ਆਹ ਤਸਵੀਰ ਚਾਹੀਦੀ ਹੈ, ਤਾਂ ਇਹਨਾਂ ਕੋਲ ਤੁਸੀਂ ਜਿਹੜਾ ਸਿੱਧਾ ਆ ਕੇ ਸੰਪਰਕ ਕਰ ਸਕਦੇ ਹੋ। ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਦੇ ਨਾਲ ਗੱਲਬਾਤ ਕਰਾਂਗੇ। ਮੈਨੂੰ ਦਿਓ ਇਜਾਜ਼ਤ, ਧੰਨਵਾਦ। ਗੁਰਬਾਣੀ ਨਿਊਜ਼ ਮਿਊਜ਼ਿਕ ਐਂਟਰਟੇਨਮੈਂਟ ਸ਼ੋ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਕੰਟੈਂਟ ਵੇਖਣ ਦੇ ਲਈ ਪਲੇ ਸਟੋਰ ਤੋਂ ਹੁਣੇ ਡਾਊਨਲੋਡ ਕਰੋ ਚੜ੍ਹਦੀ ਕਲਾ ਮੀਡੀਆ ਨੈਟਵਰਕ ਐਪ।
ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈੱਲ ਆਈਕਨ ਨੂੰ।